साडे फ्रंट लाइन ते काम कर रहे वॉरियर्स अपना पूरा समा लोकां दी मदद विच गुजार रहे ने। पर इन्हां वॉरियर्स विचों पहले नंबर ते पंजाब पुलिस दे ओ अफसर ने जो सिर्फ अपनी ड्यूटी ही नहीं कर रहे सगो ड्यूटी ते प्रोटोकॉल तो बाहर जाके भी लोकां दी मदद कर रहे ने। जिसकी एक मिसाल है सचो रमदास मनतेज सिंह ने जिन्हां ने अपनी ड्यूटी करन दे इलावा जरूरतमंद लोकां दी मदद कीती अते उन्हां नूं राशन कपड़े ते मास्क दे इलावा होर भी कई तरह दीआं लोड़ां पूरीआं कीतीआं। आओ सुनदे हां एसएचओ मनतेज जी दे मूहों की उन्हां ने की उपराले कीते गए ने। डेस्क तों संदीप मजीठिया दी रिपोर्ट। ਪਬਲਿਕ ਦਾ ਵਧੀਆ ਯੋਗਦਾਨ ਮਿਲ ਰਿਹਾ ਜੀ। ਪਬਲਿਕ ਸਾਡਾ ਸਾਥ ਦੇ ਰਹੀ ਹੈ ਜੀ। ਲੋਕਡਾਊਨ ਦੌਰਾਨ ਵੀ ਜਿਹੜੀਆਂ ਗੌਰਮੈਂਟਸ ਵੱਲੋਂ ਹਦਾਇਤਾਂ ਆਉਂਦੀਆਂ ਪਬਲਿਕ ਨੂੰ ਅਵੇਅਰ ਕਰਕੇ ਉਹ ਪਾਲਣਾ ਕਰ ਰਹੀ ਹੈ ਪਬਲਿਕ। ਵੇਖੋ ਜਿਹੜਾ ਫਸਟ ਲੋਕਡਾਊਨ ਲੱਗਾ ਸੀ ਉਸ ਸਮੇਂ ਇੱਕਦਮ ਸਾਰਿਆਂ ਨੂੰ ਹੋ ਗਿਆ ਸੀ ਵੀ ਸ਼ਾਇਦ ਰਾਸ਼ਨ ਸਾਨੂੰ ਮਿਲੇ ਨਾ ਮਿਲੇ। ਇਸ 'ਤੇ ਆਪਣੇ ਥਾਣੇ ਵੱਲੋਂ ਅਸੀਂ ਆਪਣੇ ਤੌਰ 'ਤੇ ਉਪਰਾਲਾ ਕਰਕੇ 1.5 ਲੱਖ ਰੁਪਇਆ ਥਾਣੇ ਦੇ ਮੁਲਾਜ਼ਮਾਂ ਦਾ ਇਕੱਠਾ ਕਰਕੇ ਅਤੇ ਸਾਰੇ ਜਿਹੜੇ ਹੈਗੇ ਲਾਗੇ ਦੇ ਗਰੀਬ ਬੰਦੇ ਆ ਜੇ ਗਰੀਬ ਝੌਂਪੜੀਆਂ ਇੱਥੇ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਅਸੀਂ ਸੁੱਕਾ ਰਾਸ਼ਨ ਅਤੇ ਪਾ ਕੇ ਵੀ ਗੁਰਦੁਆਰਾ ਸਾਹਿਬ ਦੀ ਮਦਦ ਲੈ ਕੇ ਉੱਥੇ ਵੰਡਿਆ ਸੀ। ਇਸ ਤੋਂ ਇਲਾਵਾ ਅਸੀਂ ਜਿਹੜੀਆਂ ਵਲੰਟੀਅਰ ਲੇਡੀਜ਼ ਹੈਗੀਆਂ ਅਸੀਂ ਪਾਸਟਰ ਸਾਹਿਬ ਨੇ ਇੱਥੇ ਸੈਂਟ ਫਰਾਂਸਿਸ ਸਕੂਲ ਦੇ ਉਹਨਾਂ ਦੀ ਮਦਦ ਨਾਲ ਵਲੰਟੀਅਰ ਲੇਡੀਜ਼ ਪਾਸੋਂ ਅਸੀਂ ਆਪਣੇ ਕੋਲੋਂ ਕੱਪੜਾ ਜਿਹੜਾ ਵਾ 30,000 ਦਾ ਮੰਗਵਾ ਕੇ ਉਹਨਾਂ ਨੂੰ ਦਿੱਤਾ ਸੀ। ਉਹਨਾਂ ਨੇ ਸਾਨੂੰ ਮਾਸਕ ਵਗੈਰਾ ਤਿਆਰ ਕੀਤੇ ਗਏ ਸੀ। ਆਹ ਮਾਸਕ ਵੀ ਜਿਹੜਾ ਮੈਂ ਹੁਣ ਇਸ ਵਕਤ ਪਾਇਆ ਵਾ ਇਹ ਵੀ ਉਹ ਵਲੰਟੀਅਰ ਲੇਡੀਜ਼ ਵੱਲੋਂ ਹੀ ਜਿਹੜਾ ਵਾ ਤਿਆਰ ਕਰਕੇ ਦਿੱਤਾ ਗਿਆ ਵਾ ਇਹ ਵੀ ਆਪਾਂ ਨੂੰ ਫ੍ਰੀ ਆਫ ਕਾਸਟ ਜਿਹੜਾ ਵਾ ਲੋਕਾਂ ਦੇ ਵਿੱਚ ਵੰਡ ਰਹੇ ਹਾਂ।